ਜਲਾਲਾਬਾਦ ਪੁਲਿਸ ਵੱਲੋਂ ਪਿਛਲੇ ਦਿਨੀ ਸੈਕਸ ਮਾਮਲੇ ਵਿੱਚ ਬਲੈਕਮੇਲ ਕਰਨ ਵਾਲੇ ਦੋ ਪੱਤਰਕਾਰਾਂ ਸਮੇਤ ਚਾਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਉਸੇ ਤਰ੍ਹਾਂ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਸ ਵਿੱਚ ਬੀਤੀ ਰਾਤ ਪੁਲਿਸ ਨੇ ਰੇਡ ਕਰਕੇ ਇੱਕ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ, ਜਿਨ੍ਹਾਂ ਵਿੱਚ 2 ਔਰਤਾਂ ਤੇ 1 ਮਰਦ ਸ਼ਾਮਿਲ ਹੈ। ਇਹ ਲੋਕ ਇੱਕ ਨਿੱਜੀ ਸਕੂਲ ਦੇ ਅਧਿਆਪਕ ਨੂੰ ਬਲਾਤਕਾਰ ਦੇ ਕੇਸ ਵਿੱਚ ਝੂਠਾ ਫਸਾਉਣ ਦੇ ਨਾਂ ਤੇ 5 ਲੱਖ ਰੁਪਏ ਮੰਗ ਰਹੇ ਸਨ, ਜਿਸ ਵਿੱਚ ਸੌਦਾ 2.5 ਲੱਖ ਰੁਪਏ ਵਿੱਚ ਤੈਅ ਹੋਇਆ ਸੀ ਅਤੇ 20,000 ਰੁਪਏ ਇਹਨਾਂ ਔਰਤਾਂ ਨੇ ਮਾਸਟਰ ਤੋਂ ਲੈ ਲਏ ਸਨ। ਪਰ ਮੌਕੇ ਤੇ ਪਹੁੰਚੀ ਪੁਲਿਸ ਨੇ ਰੰਗੇ ਹੱਥੀ 3 ਸਾਥੀਆਂ ਨੂੰ ਕਾਬੂ ਕਰ ਲਿਆ। ਜਦੋਂ ਪੁਲਿਸ ਨੇ ਰੇਡ ਕੀਤੀ ਤਾਂ ਕਿਸੇ ਵੱਲੋਂ ਇਹਨਾਂ ਦੀ ਇੱਕ ਵੀਡੀਓ ਬਣਾਈ ਗਈ, ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਆਰੋਪੀ ਮਹਿਲਾ ਕਿਵੇਂ ਵਿਅਕਤੀ ਦੀ ਮਿੰਨਤਾਂ ਕਰ ਰਹੀ ਹੈ ਕਿ ਮੈਨੂੰ ਛੱਡ ਦਿਓ, ਮੇਰਾ ਕੋਈ ਕਸੂਰ ਨਹੀਂ ਹੈ। ਫੜੇ ਗਏ ਇਹਨਾਂ ਆਰੋਪੀਆਂ ਨੂੰ ਪੁਲਿਸ ਵੱਲੋਂ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਪੁਲਿਸ ਨੇ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਇਹਨਾਂ ਦੋਹਾਂ ਗਿਰੋਹਾਂ ਦਾ 5 ਮਾਰਚ ਤੱਕ ਦਾ ਪੁਲਿਸ ਰਿਮਾਂਡ ਖਤਮ ਹੋਣ ਵਾਲਾ ਹੈ, ਜਿਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹਨਾਂ ਲੋਕਾਂ ਨੇ ਪੁਲਿਸ ਦੇ ਸਾਹਮਣੇ ਕੀ ਕੁਝ ਮੰਨਿਆ ਹੈ ਅਤੇ ਕੌਣ ਕੌਣ ਲੋਕ ਇਹਨਾਂ ਦੇ ਸ਼ਿਕਾਰ ਹੋਏ ਹਨ ਅਤੇ ਇਹਨਾਂ ਦੇ ਹੋਰ ਸਾਥੀ ਕਿਹੜੇ ਨੇ। ਮੁਕੱਦਮਾ ਨੰਬਰ 33-48 ਦੇ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕੀਤਾ ਗਿਆ ਸੀਗਾ, ਜੋ ਕਾਜਲ ਰਾਣੀ, ਸ਼ੀਲਾ ਰਾਣੀ ਅਤੇ ਛਿੰਦ ਸਿੰਘ ਗ੍ਰਿਫਤਾਰ ਹੋਏ ਸੀਗੇ। ਪੇਸ਼ ਕਰਨ ਦੇ ਮਾਣਯੋਗ ਅਦਾਲਤ ਨੇ 2 ਦਿਨ ਦਾ ਪੁਲਿਸ ਰਿਮਾਂਡ ਫਰਮਾਇਆ, ਹੁਣ ਪੁੱਛਗਿੱਛ ਅੱਗੇ ਜਾਰੀ ਹੈ। ਅਤੇ ਸਰ ਕੀ ਆਰੋਪ ਸੀ ਇਹਨਾਂ 'ਤੇ?
ਇਹਨਾਂ 'ਤੇ ਜੀ 384, 399, 506 ਭੋਲੇ ਵਾਲੇ ਲੋਕਾਂ ਨੂੰ ਠੱਗਦੇ ਸੀਗੇ, ਨਾਲ ਧਮਕੇ ਦਿੰਦੇ ਸੀ, ਪੈਸੇ ਉਹਨਾਂ ਤੋਂ ਕੁਛ ਬਰਾਮਦ ਹੋ ਗਏ ਨੇ 20,000 ਰੁਪਈਆ ਉਹਨਾਂ ਦਾ। ਬਾਕੀ ਜਿਹੜੇ ਦੋਸ਼ੀਆਂ ਦੀ ਪੁੱਛਗਿੱਛ ਉਹਨਾਂ ਤੋਂ ਕਰਨੀ ਹੈ ਜੀ। ਠੀਕ ਸਰ। ਸੱਤੇ ਲੁਮਾਂ ਦੇ ਮਾਹਿਰ ਰੋਹਿਤ ਜੋਸ਼ੀ, ਫੀਸ ਨਹੀਂ ਇਨਾਮ ਲਵਾਂਗਾ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ, ਮਨਚਾਹਾ ਪਿਆਰ, ਪਤੀ ਪਤਨੀ ਵਿੱਚ ਅਣਬਣ, ਬਿਮਾਰੀ ਵਿੱਚ ਦਵਾਈ ਦਾ ਨਾ ਲੱਗਣਾ, ਵਸ਼ੀਕਰਨ ਕਰਵਾਉਣਾ ਜਾਂ ਤੜਵਾਉਣਾ, ਕਾਲੇ ਜਾਦੂ ਦਾ ਖਾਤਮਾ, ਜਿਸ ਨੂੰ ਚਾਹੋ ਉਸ ਨੂੰ ਆਪਣੇ ਵਸ਼ ਵਿੱਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ, ਪਿਆਰ ਵਿੱਚ ਧੋਖਾ ਖਾਧੇ ਹੋਏ ਪ੍ਰੇਮੀ ਪ੍ਰੇਮਿਕਾ ਸੌਤੋਂ ਦੁਸ਼ਮਣ ਤੋਂ ਛੁਟਕਾਰਾ ਪਾਉਣ ਲਈ ਸੰਪਰਕ ਕਰੋ, ਨੰਬਰ 9999682600।